ਗੈਰ ਰਾਜਨੀਤਿਕ ਕਿਸਾਨ ਸੰਗਠਨਾਂ ਦੇ ਵੱਲੋਂ ਅੱਜ ਟਰੈਕਟਰ ਮਾਰਚ ਦੀ ਜਿਹੜੀ ਕੌਲ ਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤੀ ਗਈ ਆ, ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵੱਲੋਂ ਸੰਗਰੂਰ ਇਲਾਕੇ ਦੇ ਅਲੱਗ ਅਲੱਗ ਪਿੰਡਾਂ ਦੇ ਵਿੱਚੋਂ ਦੀ ਹੁੰਦੇ ਹੋਏ ਸੰਗਰੂਰ ਸ਼ਹਿਰ ਦੇ ਵਿੱਚੋਂ ਜਿਹੜਾ ਹੈਗਾ ਟਰੈਕਟਰ ਮਾਰਚ ਪਹੁੰਚਿਆ। ਤਸਵੀਰਾਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜਿਹੜੇ ਕਿਸਾਨ ਨੇ ਇੱਕ ਭਾਰੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਉਹ ਹੁਣ ਸੰਗਰੂਰ ਦੀਆਂ ਸੜਕਾਂ ਦੇ ਉੱਪਰ ਆਪਣੇ ਟਰੈਕਟਰ ਲੈ ਕੇ ਪਹੁੰਚ ਚੁੱਕੇ ਨੇ। ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਝੰਡੇ ਨੇ ਉਹ ਲੱਗੇ ਹੋਏ ਨੇ ਅਤੇ ਲਗਾਤਾਰ ਜਿਹੜੇ ਹੈਗੇ ਨੇ ਕਿਸਾਨ ਆਪਣਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ। ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਲਗਾਤਾਰ ਪ੍ਰਦਰਸ਼ਨ ਆ ਉਹ ਕੀਤਾ ਜਾ ਰਿਹਾ, ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਆ ਉਹ ਕੀਤਾ ਜਾ ਰਿਹਾ। ਬਾਈ ਜੀ ਕਿਵੇਂ ਦੇਖਦੇ ਹੋ, ਕਿੰਨੇ ਕੁ ਪਿੰਡਾਂ ਵਿੱਚ ਤੁਸੀਂ ਹੁਣ ਤੱਕ ਘੁੰਮੇ ਹੋ ਅਤੇ ਕਿਸ ਤਰੀਕੇ ਨਾਲ ਜਿਹੜਾ ਤੁਹਾਡਾ ਪ੍ਰਦਰਸ਼ਨ ਚੱਲ ਰਿਹਾ? ਦੇਖੋ, ਅੱਜ ਬਾਰਿਸ ਦੇ ਦਿਨ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਲੋਕ ਦਿੱਤੇ ਹੋਏ ਸੱਦਿਆਂ ਨੂੰ ਕਬੂਲਦੇ ਹੋਏ ਘਰਾਂ 'ਚੋਂ ਨਿਕਲੇ ਆ ਭਾਰਤ ਪੱਧਰ 'ਤੇ, ਕਿਉਂਕਿ ਦੋ ਮੋਰਚਿਆਂ ਨੇ ਐਲਾਨ ਕੀਤਾ ਸੀ ਵੀ ਜਿੱਥੇ ਅੱਜ ਭਾਰਤ ਸਰਕਾਰ ਅੱਜ ਦੇ ਦਿਨ ਨੂੰ ਆਜ਼ਾਦੀ ਦਾ ਦਿਹਾੜਾ ਮਨਾਏਗੀ। ਅਸੀਂ ਭਾਰਤ ਸਰਕਾਰ ਨੂੰ ਇਹ ਕਹਿਣਾ ਚਾਹਾਂਗੇ ਅੱਜ ਦੇ ਦਿਨ 'ਤੇ ਵੀ ਜਿਹੜੇ ਤੁਸੀਂ ਤਿੰਨ ਫੌਜਦਾਰੀ ਕਾਲੇ ਕਾਨੂੰਨ ਲਿਆਉਂਦੇ ਹੈ ਇਹ ਲੋਕਾਂ ਦੀ ਜਵਾਨਬੰਦੀ ਕਰਨ ਵਾਲੇ ਹੈ, ਇਸ ਮੁਲਕ ਦੇ ਸੰਵਿਧਾਨ ਦੇ ਉਲਟ ਹੈ। ਵੀ ਇਹਦਾ ਮਤਲਬ ਸਾਡੇ ਧਰਨੇ ਮੁਜ਼ਾਹਰਿਆਂ ਦਾ ਹੱਕ ਖੋਹਣ ਲਈ ਹੈ ਅਤੇ ਨਾਗਰਿਕਾਂ ਨੂੰ ਬੇਇਨਸਾਫੀ ਵਾਲੇ ਕਾਨੂੰਨ ਨੇ, ਸੋ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਕੀਤਾ ਸੀ ਅਤੇ ਵੱਡੀ ਗਿਣਤੀ ਲੋਕ ਪਿੰਡਾਂ 'ਚੋਂ ਕਾਫਲੇ ਬੰਨ੍ਹ ਕੇ ਅੱਜ DC ਦਫ਼ਤਰਾਂ ਦੇ ਉੱਤੇ SDM ਦਫ਼ਤਰਾਂ ਦੇ ਉੱਤੇ ਨਿਕਲੇ ਹੈ ਅਤੇ ਨਾਲ ਦੀ ਨਾਲ ਮੰਗ ਕਰ ਰਹੇ ਹਾਂ ਕਿ ਵਾਰਡਰਾਂ 'ਤੇ ਬੈਠੇ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਹੱਕੀ ਅਤੇ ਵਾਜਬ ਮੰਗਾਂ ਲਈ ਉਹਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਤੁਰੰਤ ਪੂਰੀਆਂ ਕਰੇ। ਬਾਰਡਰਾਂ ਦੇ ਜਿਹੜਾ ਧਰਨਾ ਚੱਲ ਰਿਹਾ ਉਹ ਹੁਣ ਸੁਪਰੀਮ ਕੋਰਟ ਕਹਿੰਦਾ ਤੁਹਾਨੂੰ ਰਸਤੇ ਖੋਲ੍ਹਣੇ ਪੈਣਗੇ, ਵਪਾਰੀ ਵਰਗ ਆਉਣ ਜਾਣ ਵਾਲੇ ਵਰਗ ਜਿਹੜੇ ਹੈਗੇ ਨੇ ਪਰੇਸ਼ਾਨ ਹੋ ਰਹੇ ਨੇ। ਸ਼ੰਭੂ ਬਾਰਡਰ ਦਾ ਫੈਸਲਾ ਤਾਂ ਖਨੌਰੀ ਬਾਰਡਰ ਦੇ ਉੱਪਰ ਹੋਰ ਕੀ ਕਰਨਗੇ ਕਿਸਾਨ? ਦੇਖੋ, ਅਸੀਂ ਤਾਂ ਪਹਿਲੇ ਦਿਨ ਤੋਂ ਇਹ ਕਹਿੰਦੇ ਹਾਂ ਵੀ ਬਾਰਡਰ ਕਿਸਾਨਾਂ ਨੇ ਬੰਦ ਨਹੀਂ ਕੀਤਾ। ਬਾਰਡਰ ਨੂੰ ਹਰਿਆਣੇ ਦੀ ਸਰਕਾਰ ਨੇ ਸਾਡੇ ਜਾਣ ਤੋਂ 13 ਫਰਵਰੀ ਤੋਂ 5-6 ਦਿਨ ਕਰੀਬ ਪਹਿਲਾਂ ਉਹ ਬਾਰਡਰ ਨੂੰ ਸੀਲ ਕਰਤਾ ਸੀ। ਕੇਂਦਰ ਸਰਕਾਰ, ਹਰਿਆਣਾ ਸਰਕਾਰ ਉਹ ਬਾਰਡਰ ਨੂੰ ਖੋਲ੍ਹੇ, ਕਿਸਾਨ ਦਿੱਲੀ ਜਾਣਾ ਚਾਹੁੰਦੇ ਹੈ ਅਤੇ ਬਾਕੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਕੇਂਦਰ ਨਾਲ ਸੰਬੰਧਿਤ ਨੇ। ਅਸੀਂ ਤਾਂ ਉਸ ਦਿਨ ਤੋਂ ਕਹਿ ਰਹੇ ਹਾਂ ਵੀ ਸਾਡਾ ਮੁਜ਼ਾਹਰੇ ਕਰਨ ਦਾ ਅਧਿਕਾਰ, ਸਾਡਾ ਸੰਘਰਸ਼ ਕਰਨ ਦਾ ਅਧਿਕਾਰ ਆਪਦੀ ਰਾਜਧਾਨੀ ਦੇ ਵਿੱਚ ਜਾ ਕੇ ਹੈ ਅਤੇ ਕੇਂਦਰ ਸਰਕਾਰ ਸਾਡਾ ਅਧਿਕਾਰ ਕਿਉਂ ਖੋ ਰਹੀ ਹੈ? ਹੁਣ ਅਗਰ ਇੱਕ ਪਾਸਾ ਖੁੱਲ੍ਹਦਾ ਖਨੌਰੀ ਬਾਰਡਰ ਦਾ ਫਿਰ ਕਿਸਾਨਾਂ ਦਾ ਕੀ ਐਕਸ਼ਨ ਹੋਊਗਾ? ਕਿਸਾਨ ਮੀਟਿੰਗ ਕਰਨਗੇ ਆਉਂਦੇ ਦਿਨਾਂ ਦੇ ਅੰਦਰ, ਅੱਜ ਦੇ ਪ੍ਰੋਗਰਾਮ ਤੋਂ ਬਾਅਦ ਮੀਟਿੰਗ ਕਰਕੇ ਦੋਵੇਂ ਫੋਰਸੇ ਅਗਲਾ ਜਿਹੜਾ ਫੈਸਲਾ ਹੋਊਗਾ ਉਹ ਫਿਰ ਸੁਣਾਓ। ਤਾਂ ਬਿਲਕੁਲ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਹੈਗਾ ਪ੍ਰਦਰਸ਼ਨ ਜਾਰੀ ਆ, ਪੂਰਾ ਮੀਂਹ ਜਿਹੜਾ ਹੈਗਾ ਉਹ ਇਸ ਵਕਤ ਸੰਗਰੂਰ ਦੇ ਵਿੱਚ ਪੈ ਰਿਹਾ, ਫਿਰ ਵੀ ਜਿਹੜੇ ਕਿਸਾਨ ਨੇ ਆਪਣੇ ਟਰੈਕਟਰ ਲੈ ਕੇ ਆਪਣੇ ਝੰਡੇ ਲੈ ਕੇ ਲਗਾਤਾਰ ਜਿਹੜਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਮੋਰਚਾ ਕਿਸਾਨਾਂ ਦੇ ਵੱਲੋਂ ਚੱਲ ਰਿਹਾ। ਗੈਰ ਰਾਜਨੀਤਿਕ ਦਲ ਦੀ ਮੀਟਿੰਗ ਸੀ, ਉਹਨਾਂ ਦੀ ਕੌਲ ਸੀ ਜਿਹਦੇ ਵਿੱਚ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਝੰਡੇ ਦੇ ਹੇਤ ਕਿਸਾਨ ਜਿਹੜੇ ਆਪਣੇ ਟਰੈਕਟਰ ਲੈ ਕੇ ਪਹੁੰਚੇ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵੱਲ, ਕਿਸਾਨ ਵੱਧ ਰਹੇ ਨੇ ਅਤੇ ਲਗਾਤਾਰ ਇਹੀ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਸਾਡੀਆਂ ਮੰਗਾਂ ਨੇ ਮੰਗਾਂ ਨੂੰ ਲੈ ਕੇ ਅਸੀਂ ਦਿੱਲੀ ਦੇ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਪਰ ਬੈਠੇ ਹਾਂ। ਅਗਰ ਸੁਪਰੀਮ ਕੋਰਟ ਜਾਂ ਸਰਕਾਰ
ਇਹ ਰਸਤਾ ਖੋਲ੍ਹਣ ਦਾ ਆਦੇਸ਼ ਦਊਗੀ ਤਾਂ ਸਾਡੇ ਵੱਲੋਂ ਵੀ ਮੀਟਿੰਗ ਕਰਕੇ ਕੋਈ ਨਾ ਕੋਈ ਐਕਸ਼ਨ ਜ਼ਰੂਰ ਕੀਤਾ ਜਾਊਗਾ। ਕੈਮਰਾ ਪਰਸਨ ਹਰਪਾਲ ਸਿੰਘ ਘਾਬਦਾਂ ਦੇ ਨਾਲ, ਸੰਗਰੂਰ ਤੋਂ ਚਰਨਜੀਤ ਕੌਸ਼ਲ।